ਉਸ ਦਾ ਕੂੜੇ ਦਾ ਪੂਰਾ ਥਾਨ ਇੱਕ ਛੱਲੇ ਵਿੱਚ ਨਹੀਂ ਨਿਕਲ ਜਾਂਦਾ ਸੀ। ਪਰ ਕੁਰਬਾਨ ਜਾਈ ਉਸ ਸ਼ਾਇਰ ਨੂੰ ਜਿਸਨੇ ਪੰਜਾਬ ਦੀ ਸਾਰੀ ਸੱਭਿਆਚਾਰ ਨੂੰ, ਪੰਜਾਬੀ ਅਦਬ ਨੂੰ, ਪੰਜਾਬੀ ਮਾਂ ਬੋਲੀ ਦੀ ਮਿਠਾਸ ਨੂੰ ਇਸ ਛੱਲੇ ਵਿੱਚ ਨਿਕਲਵਾਇਆ। ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਉਹਨਾਂ ਸਾਰੇ ਆਸ਼ਕਾਂ ਦੇ ਨਾਮ ਜਿਨ੍ਹਾਂ ਨੇ ਛੱਲੇ ਵਿੱਚ ਆਪਣਾ ਦਿਲ ਜੜ ਕੇ ਦਿੱਤਾ। ਪਾਕ ਮੁਹੱਬਤ ਦੀ ਪਾਕ ਨਿਸ਼ਾਨੀ ਛੱਲੇ।